ਹਾਂਜੀ ਕਿਸਾਨ ਵੀਰੋ, ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ, ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਰਸੂਲਪੁਰ ਨਹਿਰਾ, ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ, ਓਨਰ ਵੀਰ ਨਿਸ਼ਾਨ ਦੇ ਕੋਲ ਆਇਆ ਦੋਸਤੋ, ਪਸ਼ੂ ਵਪਾਰ ਦਾ ਕਿੱਤਾ ਭਰਾ ਦਾ। ਇਸੇ ਤਰ੍ਹਾਂ ਦੋਸਤੋ, ਡੇਲੀ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਆ ਵਿਕਰੀ ਵਾਲੇ। ਅੱਜ ਇਸ ਵੀਡੀਓ ਵਿੱਚ ਨਾਗਾਪਾ ਤੁਹਾਨੂੰ ਟੋਟਲ ਵੈਸੇ 3 ਹੀ ਦਿਖਾਉਣੇ ਆ। ਆ ਸਾਹਮਣੇ ਤੁਸੀਂ ਦੇਖ ਰਹੇ ਜੇ, ਦੋ ਮੱਝਾਂ ਬਿਲਕੁਲ ਤਾਜ਼ੀਆਂ ਸੱਜਰ ਸੂਈਆਂ ਨੇ, ਇੱਕ ਵੈੜ ਤੁਹਾਨੂੰ ਆਪਾਂ ਲਾਸਟ 3 ਨੰਬਰ ਤੇ ਦਿਖਾਵਾਂਗੇ। ਇਹ ਵੀ ਦੋਸਤੋ ਹੁਣ ਦੁੱਧ ਤੇ ਚੱਲਣ ਡਈ ਆ, ਠੀਕ ਆ ਜੀ, ਬਿਨ ਬੱਚੇ ਤੋਂ ਆ। ਬਾਕੀ ਪੂਰਾ ਰਿਕਾਰਡ, ਪੂਰੀ ਡਿਟੇਲ, ਕਿੰਨਾ ਥੱਲੇ ਮਿਲਕ ਆ, ਕੀ ਰੇਟ ਰਹਿਣ ਵਾਲਾ, ਉਹ ਪੂਰੀ ਗੱਲਬਾਤ ਆਪਾਂ ਪੂਰੀ ਜਾਣਕਾਰੀ ਆ ਨਿਸ਼ਾਨ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ। ਬਿਲਕੁਲ ਤਰਨ ਤਰਨ ਸ਼ਹਿਰ ਦਾ ਦੋਸਤੋ ਨਾਲ ਲੱਗਦਾ ਪਿੰਡ ਰਸੂਲਪੁਰ ਨਹਿਰਾਂ, ਸਿਰੋਂ ਦੀ ਵੀ ਥੋੜ੍ਹੀ ਦੂਰੀ ਆ, ਦੁਗਲਵਾਲਾ, ਅਲਾਦੀਨਪੁਰ ਅਤੇ ਇੱਧਰੋਂ ਚੰਡੇਰ, ਇਹ ਥੋੜ੍ਹੀ ਥੋੜ੍ਹੀ ਦੂਰੀ 'ਤੇ ਪਿੰਡ ਆ। ਅੱਜ ਤਰੀਕ 24 ਸਤੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ, ਸਮਾਂ ਕੋਈ ਸ਼ਾਮ ਦੇ 4 ਕੁ ਵਜੇ ਦਾ। ਆਓ ਕਰਦੇ ਹਾਂ ਗੱਲਬਾਤ ਨਿਸ਼ਾਨ ਦੇ ਨਾਲ, ਪੁੱਛਦੇ ਕੀ ਡਿਟੇਲਾਂ ਨੇ ਅੱਜ ਇਹਨਾਂ ਪਸ਼ੂਆਂ ਦੀਆਂ। ਸਭ ਤੋਂ ਪਹਿਲਾਂ ਨਿਸ਼ਾਨ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਠੀਕ ਠਾਕ ਜੋ? ਬੜੇ ਵਧੀਆ ਨਿਸ਼ਾਨ। ਵਧੀਆ ਵਧੀਆ ਵੀਰ ਜੀ, ਠੀਕ ਠਾਕ ਜੀ। ਹੋਰ ਸੁੱਖ ਸਾਂਦੇ? ਹਾਂਜੀ, ਸੁੱਖ ਸਾਂਦੇ ਵੀਰ ਜੀ, ਵਧੀਆ, ਕਿਰਪਾ ਬਾਬੇ ਦੀ ਵੀਰ ਜੀ। ਹਾਂਜੀ ਠੀਕ ਹੈ ਜੀ। ਹਾਂਜੀ, ਉਹ ਆਉਂਦਾ ਨਾ ਵੀ ਜਦੋਂ ਕਦੇ ਬੰਨਦੇ ਆ ਨਾ ਪੱਗ, ਬੰਨਦੇ ਨਾਭੀ ਨੂੰ, ਟੁੱਟ ਟੁੱਟ ਪੈ ਹਾਂਜੀ ਕੇ ਹਾਂਜੀ ਮੁੰਡੇ ਹਾਂਜੀ ਕਾਮਯਾਬੀ ਨੂੰ, ਹੈ ਹਾਂਜੀ ਜੀ, ਨਾਭੀ ਪੱਗ ਫਿਰ ਬੰਨਦਾ ਹੈ। ਹਾਂਜੀ ਹਾਂਜੀ, ਚਲੋ ਸ਼ੁਕਰ ਮਾਲਕ ਦਾ। ਹਾਂਜੀ ਤੇ ਨਿਸ਼ਾਨ ਮਾਲ ਉਦਣ ਵੀ ਆਪਾਂ ਪਾਏ ਸੀ 3-4 ਪਸ਼ੂ। ਹਾਂਜੀ, ਵੇਖਿਆ ਵੀਰ ਜੀ ਮਾਲ ਉਸੇ ਵੇਲੇ। ਠੀਕ ਹੈ ਵੀਰੇ। ਹਾਂਜੀ, ਤੇ ਅੱਜ ਆਪਣੇ ਕੋਲ 3 ਮਈ ਆ, 2 ਦਾ ਬਿਲਕੁਲ ਸੁਜਰ ਤਾਜ਼ੀਆਂ ਸੀ। ਹਾਂਜੀ, 2 ਤਾਜ਼ੀਆਂ ਸੂਈਆਂ ਵੀਰ ਜੀ, ਵੈੜ ਬਗੈਰ ਬੱਚਿਓ ਵੀਰ ਜੀ, ਬਗੈਰ ਬੱਚਿਓ। ਹਾਂਜੀ ਚਲੋ ਠੀਕ ਹੈ, ਚਵਾਈ ਚਵੂਈ ਦੇ ਫਿਰ ਉਹੀ ਇੱਕ ਪ੍ਰੋਪਰ ਨੰਬਰ, ਚੱਕਿਆ। ਇੱਕ ਨੰਬਰ ਵੀਰ ਜੀ, ਚਵਾਈ ਚਵਾਈ। ਠੀਕ ਹੈ ਜੀ। ਹਾਂ ਲਓ ਦੋਸਤੋ, 3 ਨਗਾਂ ਦੀ ਡਿਟੇਲ ਤੁਹਾਨੂੰ ਮਿਲੂਗੀ, ਠੀਕ ਹੈ ਜੀ। ਸ਼ੁਰੂਆਤ ਜਿਹੜੀ ਸਟਾਰਟਿੰਗ ਆ ਆਪਾਂ ਇਸ ਮੱਝ ਤੋਂ ਕਰਦੇ ਆ। ਨਿਸ਼ਾਨ, ਸੂਆ ਸਮਾਂ ਕਿੰਨਾ ਹੋ ਗਿਆ ਤੁਸੀਂ? ਸੂਆ ਵੀਰ ਜੀ ਹਫਤਾ ਹੋ ਗਿਆ ਸੂਈ ਨੂੰ, ਮਗਰ ਕੱਟੀ ਇਹਦੇ। ਹਾਂਜੀ, ਦੁੱਧ 12 ਕਿਲੋ ਇਸ ਟਾਈਮ ਇਹਦੇ ਥੱਲੇ ਤਿਆਰ ਹੋਊਗਾ। 12? ਹਾਂਜੀ ਠੀਕ ਹੈ। ਦਿਨ ਕਿੰਨੇ ਹੋ ਗਏ? ਹਫਤਾ ਵੀਰ ਜੀ। ਹਫਤੇ ਕਿਹਦੀ ਸੂਈ? ਹਾਂਜੀ, ਆਹ ਕੱਟੀ ਹੈ। ਲਓ ਜੀ, ਕੱਟੀ ਕੁੱਟੀ ਬਥੇਰੀ, ਠੀਕ ਹੈ ਜੀ, ਆਹ ਮਗਰ ਕੱਟੀ ਆ, ਕੱਟੀ ਕੁੱਟੀ ਬਥੇਰੀ ਜੰਮੀ ਪਲੀ ਵੀਰ ਜੀ। ਲਓ ਜੀ, ਹਾਂ, ਵੇਲ ਵੇਲ ਬੂਲ ਵੇਖੋ, ਕੱਟੀ ਦੀ ਹਾਂਜੀ ਲੰਬਾਈ ਤੋਂ ਕਾਫੀ ਵਧੀਆ ਦੋਸਤੋ, ਠੀਕ ਹੈ ਜੀ। ਕਈ ਬੱਚੇ ਜੰਮਦੇ ਆ ਸਾਰੇ, ਤੁਸੀਂ ਵੇਖੋ ਕਾਫੀ ਪਲੇ ਪ੍ਰੀਤੇ ਹੁੰਦੇ ਆ, ਤੇ ਚੰਗੀ ਕੱਟੀ ਆ ਮਗਰ। ਹਫਤੇ ਦਾ ਸੂਆ ਤੇ 12 ਲੀਟਰ ਦੁੱਧ ਇਸ ਝੋਟੀ ਦੇ ਥੱਲੇ, ਇਹ ਆਪ ਦੂਜਾ ਸੂਆ ਹੀ ਹੈ ਵੀਰ ਜੀ? ਹਾਂਜੀ, ਦੂਜਾ ਸੂਆ ਵੀਰ ਜੀ। ਠੀਕ ਆ ਜੀ। ਹਾਂ ਤਾਂ ਦੋਸਤੋ, ਦੂਜਾ ਸੂਆ ਸਿੰਘ ਤੁਸੀਂ ਵੇਖੋ, ਥੋੜਾ ਜਿਹਾ ਪਛਾਣ ਹੋਆ, ਠੀਕ ਆ ਜੀ, ਪਛਾਣ ਹੋ ਜਿਹੜੇ ਆਪਾਂ ਜਿਵੇਂ ਆਪਾਂ ਕਹਿ ਦਿੰਦੇ ਵੀ ਬੈਕ ਸਾਈਡ ਨੂੰ, ਠੀਕ ਆ ਜੀ, ਤਲਵਾਰ ਤੇ ਆਪਾਂ ਬੈਕ ਸਾਈਡ ਨੂੰ ਸਿੰਘ ਆ, ਤੇ ਸੂਆ ਦੂਜਾ ਇਹ ਝੋਟੀ ਸੂਈ ਆ। ਅੱਜ 7 ਕੁ ਦਿਨਾਂ ਦਾ ਸਮਾਂ ਹੋ ਗਿਆ ਤੇ ਦੁੱਧ 12 ਕਿਲੋ ਵੀਰ ਜੀ। ਹਾਈਟ ਹੂਈਟ ਵੀ ਚੰਗੀ ਆ, ਬਾਕੀ ਥੋੜੀ ਜਿਹੀ ਸਾਈਡ ਰੱਖ ਦੀ, ਧਾਰ ਦੇ ਇੱਕ ਦਾਣਾ ਫਰਕ ਹੋਊਗਾ। ਠੀਕ ਹੈ ਜੀ। ਹਾਂ, ਆ ਦੇਖ, ਉਲਟ ਬਹਿਣੀ ਵਾਲੀ ਸਾਈਡ ਆ ਜੀ। ਹਾਂਜੀ, ਬਹਿਣੀ ਵਾਲੀ ਸਾਈਡ। ਹਾਂਜੀ, ਬਹਿਣੀ ਵਾਲੀ ਸਾਈਡ ਹੈ ਵੀਰ ਜੀ। ਆ ਦੇਖੋ ਜੀ, ਬਾਕੀ ਧਾਰਾਂ ਧੂਰਾਂ ਬਰਾਬਰ ਹੈ, ਬਰਾਬਰ ਵੀਰ ਜੀ ਹੋਣੇ, ਆਪਾਂ ਪਛਮਾ ਕੇ ਵਿਖਾ ਦੇਣੀ ਥਾਣ ਉਸੇ ਵੇਲੇ ਬਰਾਬਰ ਸੁੱਟ ਦੇਣਾ ਵੀਰ ਜੀ। ਠੀਕ ਹੈ ਜੀ। ਹਾਂ, ਤਾਂ ਦੱਸੋ, ਨੱਕਾ ਥੋੜਾ ਜਿਹਾ ਭੰਨਦੀ ਆ, ਬਾਕੀ ਚੋਣ ਚਵਾ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਾਧ ਘਾਟ ਨਹੀਂ ਗੀ, ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਚੁਬਾਈ ਵਿੱਚ ਬਿਲਕੁਲ ਬਰਾਬਰ ਆ। ਹਾਈਟ ਹੂਈਟ ਵੀ ਜੀ ਵੱਡੀ ਕੋਈ ਛੋਟੀ ਹਾਈਟ ਦੀ ਕੋਈ ਨਹੀਂ ਆ, ਮਦਰੀ ਨਹੀਂ ਗੀ, ਆਮ ਨਾਰਮਲ ਜਿਹੜੀ ਮੀਡੀਅਮ ਹਾਈਟ ਆਪਾਂ ਵਿੱਚ ਵਿਚਾਲਾ ਮੇਲ ਆ ਉਹਦੇ ਤੋਂ ਜਿਹੜੀ ਪਲੱਸ ਹਾਈਟ ਆ, ਤੇ ਪਤਲੀ ਵੀ ਕਰਮ ਵਾਲੀ ਬਿਲਕੁਲ ਚਮੜੀ ਦੀ ਗੱਲ ਕਰੀਏ, ਸਕਿਨ ਦੀ ਪਤਲੀ ਵੀ ਬਿਲਕੁਲ ਪੇਪਰ ਕਾਗਜ਼ ਵਰਗੀ ਜਿਹੜੀ ਚਮੜੀ ਪਤਲੀ ਆ ਇਸ ਮਹਿ ਦੀ, ਤੇ ਬਾਕੀ ਸਾਈਡ ਜ਼ਰੂਰ ਆ ਦੋਸਤੋ, ਪਰ ਇੱਕ ਧਾਰ ਦਾ ਨਾ ਵੀਰ ਜੀ ਫਰਕ ਹੋਊਗਾ, ਜਿੱਥੋਂ ਵਰਜੀ ਵੀਰ ਭਰਾ ਚੱਲ ਕੇ ਆ ਸਕਦਾ ਵਾ। ਚੋਣ ਚਾਣ ਦੀ ਪੂਰੀ ਖਰੀ ਆ, ਪੋਲੀ ਪੋਲੀ ਵੀਰ ਜੀ, ਇੱਕ ਨੰਬਰ ਪੋਲੀ ਆ ਚੋਣ ਚਾਣ ਦੀ। ਹਾਂਜੀ, ਅਗਲੇ ਪਿਛਲੇ ਥਣਾਂ ਦੀ ਧਾਰਾਂ ਧੁਰਾਂ ਦੀ ਬਰਾਬਰ ਆ, ਠੀਕ ਆ ਜੀ। ਕਈ ਵਾਰ ਪਸ਼ੂ ਦੋਸਤੋ ਬਹਿਣੀ ਵਾਲੀ ਸਾਈਡ ਨੱਕਾ ਕਈ ਵਾਰ ਭੰਨਦੇ ਆ, ਪਰ ਚੁਆਈ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੁੰਦਾਗਾ, ਜਾਂ ਕੋਈ ਧਾਰ ਵੀਰ ਜੀ ਇੱਕ ਧਾਰ ਦਾ ਬੜਾ ਫਰਕ ਹੋਊਗਾ।
ਤੇ 12 ਕਿਲੋ ਨੈਟ ਜਿਹੜਾ ਨੈਟ ਵੀਰ ਜੀ ਨੈਟ ਚਵਾ ਕੇ ਦੇਣਾ ਪਾਸੇ ਚੰਗੀ ਖਰੀ ਹਾਂ ਚੰਗੀ ਖਰੀ ਵੀਰ ਜੀ ਗੱਲਾਂ ਨਾ ਨੀ ਆਪਾਂ ਚਵਾ ਕੇ ਦੇਣਾ ਬਾਲਟੀ ਦੇ ਦੇਣੀ ਲੀਟਰ ਦੇ ਦੇਣਾ ਭਾਵੇਂ ਇੱਥੇ ਰਾਤ ਰਹੇ ਜਿੱਦਾਂ ਮਰਜ਼ੀ ਤਸੱਲੀ ਕਰੀ ਜਾਵੇ ਜੀ ਬਿਲਕੁਲ ਬਿਲਕੁਲ ਹਾਂਜੀ ਜਦੋਂ ਕਿਉਂਕਿ ਵੀਰ ਜੀ ਪੈਸੇ ਲੈਣੇ ਆਪਾਂ ਵੀ ਲਾ ਕੇ ਲਿਆਈ ਦੇ ਤਸੱਲੀ ਕਰਕੇ ਲਿਆਈ ਦੀ ਆ ਜਿਹੜਾ ਵੀਰ ਭਰਾ ਆਵੇ ਤਸੱਲੀ ਕਰੇ ਜੇ ਆਨਲਾਈਨ ਖੜਨੀ 11 ਕਿਲੋ ਤੇ ਭੇਜ ਦਾਂਗੇ ਵੀਰ ਜੀ ਠੀਕ ਆ ਜੀ ਹਾਂ ਲਓ ਵੀ ਭਰਾਵੋ ਕੋਈ ਵੀਰ ਆਨਲਾਈਨ ਸੌਦਾ ਕਰਦਾ ਉਹ 11 ਕਿਲੋ ਦੀ ਤਸੱਲੀ ਤਾਂ ਨਿਸ਼ਾਨਾ ਦਾ ਭੇਜਾਂਗੇ ਬਾਕੀ ਥੋੜਾ ਬੜਾ ਨੀਲੀ ਦਾ ਪੱਕ ਵੀ ਰੱਖਦੀ ਮਗਰਲੇ ਪੈਰ ਧੋਤੇ ਆ ਦੇ ਤਾਂ ਕ੍ਰੋਸ ਵਿੱਚ ਹੀ ਆ ਗਈ ਆ ਹਾਂਜੀ ਲਓ ਵੀ ਭਰਾਵੋ ਇਹ ਮੈਂ ਜਿਹੜੀ ਵੀਰ ਨਿਸ਼ਾਨ ਦੇ ਕੋਲੇ ਵਿਖਾਊਗਾ ਬਿਲਕੁਲ ਖੱਜਰ ਤਾਜੀ ਸੂਈ ਆ ਠੀਕ ਆ ਜੀ ਤੇ ਦੁੱਧ ਚੰਗਾ ਖਾਸਾ ਕਰਮਾਲੀ ਦੇ ਥੱਲੇ ਬਾਕੀ ਬੱਚਾ ਲਾ ਕੇ ਵਿਖਾ ਦਿੰਨੇ ਆ ਦੂਸਰਾ ਕਰਤੂਤ ਵਾਲੇ ਪਸ਼ੂ ਪੜਦਾ ਠੀਕ ਆ ਤੇ ਬਾਕੀ ਚੰਗੇ ਲਾਣੇ ਘਰਾਣੇ ਜੋ ਕੋਈ ਚੰਗੇ ਰਵੇ ਚ ਹੋਵੇ ਤੇ ਪਸ਼ੂ ਵੀ 11 12 ਦੇ ਤੇ ਬਹੁਤ ਦੁੱਧ ਹੁੰਦਾ 11 12 ਕਿਲੋ ਠੀਕ ਆ ਜੀ ਉਹ ਕਹਿਣ ਵਾਲਾ ਨਹੀਂਗਾ ਜਿਹੜਾ ਤੁਹਾਨੂੰ ਇੱਥੇ ਚਵਾ ਹੀ ਦੇਣਾ ਠੀਕ ਆ ਤੇ ਆਹ ਬੱਚਾ ਜੇ ਮਗਰ ਕੱਟੀ ਸੀ ਮਿਲਕਾਫ ਜਿਹੜੀ ਆ ਵੇਖ ਲੈ ਤੂੰ ਬੱਚਾ ਆਹ ਦੇਖੋ ਠੀਕ ਆ ਜੀ ਆਹ ਕਰੋ ਚੈੱਕ ਬਾਅਦ ਕਰ ਲੈਣਾ ਮੈਂ ਤੂੰ ਕੋਈ ਨਹੀਂ ਪਸ਼ਮੰਦੋ ਵੀ ਜੀ ਆ ਪਸ਼ਮੰਦੋ ਨੂੰ ਨਾਲ ਹੀ ਆਪਾਂ ਦੋਸਤੋ ਧਾਰਾ ਧੁਰਾ ਮਾਰ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਹਦੇ ਦੌਰਾਨ ਹੀ ਆਪਾਂ ਤੁਹਾਨੂੰ ਜਿਹੜੀ ਜਾਣਕਾਰੀ ਅਗਲੀ ਮੱਝ ਦੀ ਦੇ ਦਿੰਨੇ ਆ ਇਹਦਾ ਮੁੱਲ ਕੀ ਰਹੂਗਾ ਨਿਸ਼ਾਨ ਮੁੱਲ ਵੀ ਜੀ ਨਾ 75 ਕਰਨਾ ਨਾ 80 ਕਰਨਾ 72,000 ਦੀ ਹਾਂ ਨਾ ਦੇਣੀ ਵੀਰ ਜੀ 72 ਦੀ ਹਾਂਜੀ ਲਓ ਜੀ ਲੈ ਦੇਣ ਵਾਲਾ ਹੀ ਮੁੱਲ ਕਰਨਾ ਵੀਰ ਜੀ 72,000 ਦੀ ਕਿਸਾਨ ਵੀਰੋ ਇਹ ਤੁਹਾਨੂੰ ਯੈਸ ਨੂੰ ਮਿਲੂਗੀ ਠੀਕ ਹੈ ਜੀ 72,000 ਦੀ 12 ਕਿਲੋ ਦੁੱਧ ਆ 11 ਕਿਲੋ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਤੇ 11 ਕਿਲੋ ਦੀ ਗਾਰੰਟੀ ਤਸੱਲੀ ਤੇ ਵੀ ਇਹ ਨਹੀਂ ਆਪਾਂ ਤਸੱਲੀ ਕਰਾ ਕੇ ਵੀਡੀਓ ਕਾਲ ਤੇ ਭਾਵੇਂ 2 ਡੰਗ ਚ ਹੋਵੇ ਭਾਵੇਂ 3 ਡੰਗ ਚ ਹੋਵੇ ਲੀਟਰ ਵੀ ਮਾਰ ਕੇ ਦਵਾਂ ਤਸੱਲੀ ਕਰਾ ਕੇ ਦਵਾਂ ਵੀਰ ਜੀ ਗੱਲਾਂ ਨਾ ਨਹੀਂ ਆਪਾਂ ਕਹਿੰਦੇ ਆ ਬਿਲਕੁਲ ਹਾਂਜੀ ਲਓ ਵੀ ਪਹਿਲਾਂ ਵੀ ਦੋਸਤੋ ਕਦੀ ਵੀ ਕੋਈ ਦੁੱਧ ਦਾ ਲਾਂਬੇ ਵਾਲੀ ਗੱਲ ਨਹੀਂ ਆਈ ਕਿ ਕਦੀ ਵੀ ਸਾਹਮਣੇ ਪਹਿਲਾਂ ਵੀ ਮਾਲ ਕਾਫੀ ਵੇਚਿਆ ਲੈ ਵੀ ਨਿਸ਼ਾਨਾ ਢਾਲ ਤਰ ਇਹ ਦੂਜਾ ਸੂਆ ਵੀਰ ਜੀ ਢਾਲੀ ਆ ਗਈ ਹਾਂਜੀ 15 16 ਦਿਨ ਹੋ ਗਏ ਨੇ ਸੂਈ ਨੇ ਤੇ ਮਗਰ ਕੱਟੀ ਵੀਰ ਜੀ ਮਗਰ ਕੱਟੀ 15 16 ਦਿਨਾਂ ਦੀ ਹਾਂਜੀ ਦੁੱਧ 11 ਕਿਲੋ ਪੱਕਾ ਹੋ ਗਿਆ 11 ਕਿਲੋ ਹਾਂਜੀ ਠੀਕ ਆ ਦੁੱਧ ਚੰਗੇ ਖਾਸੇ ਹਾਂਜੀ ਜੀ ਲਓ ਵੀ ਇਹ ਕੱਟੀ ਆ 15 ਕ ਦਿਨਾਂ ਦਾ ਦੋਸਤੋ ਸੂਆ ਹੈ ਦੂਜੇ ਨੰਬਰ ਤੇ ਮੱਝ ਤੁਹਾਨੂੰ ਆਪਾਂ ਦਿਖਾ ਰਹੇ ਆ ਮਗਰ ਕੱਟੀ 15 16 15 ਦਿਨਾਂ ਦਾ ਜਿਹੜਾ ਸੂਆ ਤੇ 11 ਕਿਲੋ ਦੁੱਧ ਇਸ ਮਹਿ ਦੇ ਥੱਲੇ ਹਾਜ਼ਰ ਆ ਕੋਈ ਨਹੀਂ ਬੱਚਾ ਬੰਨ ਲਓ ਤੇ ਨਾਲ ਦੀ ਨਾਲ ਨਿਸ਼ਾਨ ਕੋਈ ਨਹੀਂ ਇੱਧਰ ਕੋਈ ਧਾਰਾ ਮਾਰ ਕੋਈ ਨਹੀਂ ਪਸ਼ਮ ਲੈਂਦਾ ਮੱਝ ਠੀਕ ਆ ਜੀ ਤੇ ਦੋਸਤੋ ਇਹ ਪੂਰਾ ਪਸਮਾ ਚ ਆ ਜਾਂਦੀ ਆਪਾਂ ਤੁਹਾਨੂੰ ਧਾਰਾ ਮਾਰ ਕੇ ਦਿਖਾ ਦਿੰਦੇ ਆ ਠੀਕ ਆ ਬੱਚਾ ਲਾਇਆ ਓਕੇ ਨਿਸ਼ਾਨ 11 ਕਿਲੋ ਦੁੱਧ ਹਾਂਜੀ ਜੀ ਹੋਰ ਇੱਕ ਵਾਰੀ ਤੋੜ ਕੇ ਦਿਖਾ ਦਿਓ ਬਾਕੀ ਇੱਕ ਰੰਗ ਕਾਲੀ ਵੀਰ ਜੀ ਚੋਣ ਚਾਣ ਦੀ ਖਰੀ ਆ ਵੀ ਖਰੀ ਖਰੀ ਵੀਰ ਜੀ ਖਰੀ ਠੀਕ ਹੈ ਭਰਾ ਹਾਂ ਲਓ ਦੋਸਤੋ 11 ਕਿਲੋ ਦੁੱਧ 15 16 ਦਿਨਾਂ ਦਾ ਸੂਆ ਤੇ ਨਿਸ਼ਾਨ ਇਹ ਵੀ ਸੂਵਿਆਂ ਚ ਦੂਜੇ ਹੀ ਹੈ ਦੂਜੇ ਦੂਜੇ ਵੀਰ ਜੀ ਤੋਂ ਢਾਲੀ ਆ ਦੋਸਤੋ ਠੀਕ ਆ ਜੀ ਇੱਕ ਸਿੰਘ ਗੁਲਾਈ ਦੇ ਵਿੱਚ ਇੱਕ ਬੈਕ ਸਾਈਡ ਨੂੰ ਠੀਕ ਆ ਢਾਲ ਤਰਵਾਰੀ ਆ ਵੇਖੋ ਦੁੱਧ ਇਹਦੇ ਥੱਲੇ ਵੀ ਚੰਗਾ ਹੈ ਠੀਕ ਆ ਜੀ 11 ਕਿਲੋ ਇਸ ਵਕਤ ਇਹਦੇ ਥੱਲੇ ਦੁੱਧ ਆ ਜਿਹੜਾ ਕਿਸੇ ਵੀਰ ਨੇ 2 ਟਾਈਮ ਨਹੀਂ ਆਪਾਂ ਹਮੇਸ਼ਾ ਕਹਿੰਦੇ ਹੁੰਦੇ ਆ ਵੀ 3 ਟਾਈਮ ਚੁਗੋ ਠੀਕ ਆ ਜੀ ਤੇ ਜਿੱਦਾਂ ਮਰਜ਼ੀ ਤਸੱਲੀ ਕਰੋ 11 ਕਿਲੋ ਦੁੱਧ ਇਸ ਮਹਿ ਦੇ ਥੱਲੇ ਹਾਜ਼ਰ ਆ ਸੋ ਚੋਣ ਚਵਾ ਦੀ ਇਹ ਵੀ ਚੰਗੀ ਆ ਖਰੀ ਆ ਬਿਲਕੁਲ ਇੱਕ ਸਾਰ ਪੱਧਰ ਲੇਵਾ ਵਿਖਾ ਲਾ ਠੀਕ ਆ ਇਹਦੇ ਲਾ ਦੀ ਬੱਚਾ ਚੰਗਾ ਠੀਕ ਆ ਜੀ ਆ ਲਾ ਦੋ ਨਜ਼ਰ ਇੱਧਰ ਬੱਚਾ ਲਾ ਦੇ ਇਹਦਾ ਮੁੱਲ ਇਹਦੀਆਂ ਆਪਾਂ ਤਾਰਾਂ ਤੂਰਾਂ ਮਾਰ ਕੇ ਦਿਖਾ ਦਿੰਦੇ ਆ ਤੇ ਇਹਦਾ ਮੁੱਲ ਕੀ ਰਹੂਗਾ ਨਿਸ਼ਾਨ ਨਾ ਵੀਰ ਜੀ 72 ਕਰਨਾ ਨਾ 75 ਕਰਨਾ ਇਹ ਪੂਰੇ 70,000 ਦੀ ਦੇ ਦਾਂਗੇ 70 ਦੀ ਹਾਂਜੀ ਚਲੋ ਜੀ ਹਾਂ ਲਓ ਜੀ ਜਾਣ ਵਾਲੇ ਕੰਮ ਕਰਨਾ ਵੀਰ ਜੀ ਆਪਾਂ ਵਾਧੂ ਮੁੱਲ ਨਹੀਂ ਕਰਨਾ ਜਾਇਜ਼ ਹੀ ਮੁੱਲ ਕਰੀਦਾ ਬਾਕੀ ਫਿਰ ਵੀ ਵੀਰ ਭਰਾ ਜ਼ਿਆਦਾ ਕਹਿੰਦੇ ਵੀਰ ਜੀ ਇੰਨਾ ਮਾਨ ਤਾਂ ਨਹੀਂ ਹੁੰਦਾ ਵੀਰ ਜੀ ਵਿੱਚੋਂ ਹਾਂਜੀ ਤਾਂ ਦੱਸੋ ਪਹਿਲਾਂ ਟਿਕਾਣੇ ਵਾਲੀ ਗੱਲ ਕੀਤੀ ਜਾਂਦੀ ਆ ਵੀ ਪਹਿਲਾਂ ਹੀ 80 85 ਕਰਕੇ ਤੇ ਬਾਅਦ ਚ ਕਹੀਏ ਵੀ 75 ਦੀ ਜਾਂ ਹੌਲੀ 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 70 ਦੀ ਤੁਹਾਨੂੰ ਪਤਾ 75 76,000 ਦੀ ਜਿੱਥੇ ਮਰਜ਼ੀ ਝੋਟੀ ਵੇਖਦੀ ਵੀਰ ਜੀ ਬਿਲਕੁਲ ਬਿਲਕੁਲ ਮਗਰ ਵੀ ਇਹਦੇ ਕੱਟੀ ਹੈ ਨਾ ਹਾਂਜੀ ਦੋਨਾਂ ਮਗਰ ਕੱਟੀਆਂ ਮਗਰ ਕੱਟੀਆਂ ਨੇ ਪਸ਼ੂ ਪੂਰੇ ਖਰੇ ਆ ਠੀਕ ਆ ਜੀ ਤੇ ਕੋਈ ਵੀਰ ਵੀ ਤੁਸੀਂ ਵੇਂਦੇ ਪਏ ਹੋ ਵੀਡੀਓ ਕੋਈ ਵੀਰ ਚਾਹ ਪਾਣਾ ਚੰਗੇ ਦੁੱਧ ਦਾ ਬਿਲਕੁਲ ਅੱਗੇ ਡੇਰੀ ਫਾਰਮ ਦੇ ਵਿੱਚ ਪਸ਼ੂ ਪਾਉਣ ਦਾ ਤਾਂ ਤੁਸੀਂ ਪਹਿਲ ਦੇ ਦਰਸ਼ਨ ਆ ਵੇਖ ਲਓ ਥਾਣ ਵੀ ਵੀਰ ਜੀ ਪੂਰਾ ਬਰਾਬਰ ਕਰ ਗਈ ਆ ਆ ਦੇਖੋ ਹਾਂ
ਥੋੜੀਆਂ ਜਿਹਾ ਆਪਾਂ ਤੁਹਾਨੂੰ ਧਾਰਾ ਧੁਰਾ ਮਾਰ ਕੇ ਤਸੱਲੀ ਦੇ ਨਾਲ ਦਿਖਾਉਂਦੇ ਹਾਂ। ਅਗਲੇ ਦਿਨਾਂ ਦੀ ਚਵਾਈ ਪਹਿਲਾਂ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਵਿੱਚ। ਮਗਰਲੇ ਥਾਣੇ ਦੀ ਸੁਭਾ ਨਿਸ਼ਾਨ ਸਾਹਿਬ ਚਵਾਈ ਕਿੰਨੇ ਵਜੇ? 5 ਤੋਂ 5 ਵੀਰ ਜੀ ਆਪਣੀ ਚਵਾਈ ਆ। 5 ਤੋਂ 5 ਚਵਾਈ ਆ। ਸੋ ਮੇਰਾ ਵੀਰ ਟਾਈਮ ਤੋਂ ਟਾਈਮ ਕੋਈ ਵੀ ਸੌਦਾ ਸਾਈ ਦੇ ਨਾਲ ਕਰਕੇ ਆਪਦੀ ਟਾਈਮ ਤੋਂ ਟਾਈਮ ਆ ਕੇ ਤਸੱਲੀ ਕਰ ਸਕਦਾ। 12 ਕਿਲੋ ਦੀ ਮਾਲਕਣ, 11 ਕਿਲੋ ਆਨਲਾਈਨ ਕੋਈ ਵੀਰ ਸੌਦਾ ਕਰਦਾ ਤੇ 11 ਕਿਲੋ ਦੇ ਨਿਸ਼ਾਨ ਦਾ ਭੇਜ ਦਾਂਗੇ। ਠੀਕ ਆ, ਬਹੁਤ ਵਧੀਆ, ਚੰਗੀ ਚਵਾਈ ਆ, ਕੋਈ ਭੂਰ ਨਹੀਂ, ਕੋਈ ਛੱਟਾ ਨਹੀਂ ਗਾ, 1 ਨੰਬਰ ਚਵਾਈ ਆ। ਠੀਕ ਆ ਜੀ, 1 ਸੈਕਿੰਡ ਨੰਬਰ ਤੇ ਦੋਸਤੋ ਇੱਧਰ ਬੱਚਾ ਲਾਇਆ। ਠੀਕ ਹੈ, ਇਹ ਵੀ ਆਪਾਂ ਪਸਮਾ ਪਾ ਆਉਂਦੀ ਹੈ ਕਰਮ ਵਾਲੀ, ਇਹਦੀਆਂ ਵੀ ਧਾਰਾਂ ਤੁਹਾਨੂੰ ਮਾਰ ਕੇ ਤਸੱਲੀ ਨਾਲ ਦਿਖਾ ਦਾਂਗੇ। ਇਹ 70,000 ਦੀ ਸੀ ਜਿਹੜੀ ਆਪਾਂ ਤੁਹਾਨੂੰ ਸੈਕਿੰਡ ਨੰਬਰ ਤੇ ਦਿਖਾ ਰਹੇ ਹਾਂ। ਸੋ ਇਹਦਾ ਵੀ ਚੋਣ ਚਵਾ ਕਿੱਦਾਂ ਦਾ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ, ਤੇ ਨਾਲ ਦੀ ਨਾਲ ਹੀ ਆਪਾਂ ਗੱਲ ਕਰ ਲੈਂਦੇ ਹਾਂ ਨਿਸ਼ਾਨ ਆਪਣੇ ਕੋਲ ਜਿਹੜੀ ਤੀਜੇ ਨੰਬਰ ਤੇ ਆ ਵੈੜ ਆ ਗਈ। ਇਹ ਦੂਜਾ ਸੂਆ ਵੀਰ ਜੀ, ਦੂਸਰਾ ਸੂਆ। ਹਾਂ, ਭਾਵੇਂ ਮਹੀਨੇ ਦੀ ਮਾਲੇ, ਡੇਢ ਦੀ ਮਾਲੇ, ਮੇਰੇ ਵੱਲ ਦੋ ਦੀ ਮਾਲੇ, 11-12 ਕਿਲੋ ਦੁੱਧ ਚਵਾ ਕੇ ਦਊਂ ਵੀਰ ਜੀ। 11-12 ਕਿਲੋ? ਹਾਂ, ਖੁੱਲਾ ਡੁੱਲਾ ਹੋਊਗਾ। ਇਹ ਆਪਣੇ ਨਿਸ਼ਾਨ ਸਾਹੀਵਾਲ ਚ ਕਰੋਸ ਹੀ ਆ ਗਈ। ਹਾਂਜੀ ਵੀਰ ਜੀ, ਲੋ ਵੀ ਕੱਦ ਬਹੁਤ ਵਾਲੀ ਆ। ਠੀਕ ਆ ਜੀ, ਕੱਦ ਕਰਮ ਵਾਲੀ ਨੂੰ ਜਿੱਦਾਂ ਇੱਕ ਆਪਾਂ HF ਬੈੜਾ ਦੇਖਦੇ ਆ, ਕੱਦ ਹਾਈਟ ਉਹਦੇ ਚ ਜਿਵੇਂ ਆਪਾਂ। ਬਾਕੀ ਇਹ ਵੀਰ ਜੀ ਠੰਡੀ ਸੀਲ ਸਲਾ ਗਿਆ, ਜਿੱਦਾਂ ਮਰਜ਼ੀ ਵੀਰ ਜੀ ਇਹਨੂੰ ਹੱਥ ਫੇਰੀ ਜਾ, ਕੁਛ ਨਹੀਂ ਆਂਦੀ। ਲੋ ਜੀ, ਇਹ ਸੀਲ ਸਾਊਗਾ। ਹਾਂਜੀ, ਨਿਸ਼ਾਨ ਵੈਸੇ ਘੱਟੋ ਘੱਟ ਸਮਾਂ ਕੋਈ ਪਤਾ ਕਿ ਕਿੰਨਾ ਕੋਈ ਵੀਰ ਜੀ? ਮੈਂ ਤਾਂ ਕਹਿੰਦਾ ਮੈਂ ਮਹੀਨਾ ਵਾਲੇ, ਦੋ ਵਾਲੇ, ਆਪੋ ਆਪਣੀ ਆਪਾਂ ਬਿਨ ਬੱਚਿਓ ਕਰਕੇ ਦੇਣੀ ਆ, ਦੁੱਧ ਚਵਾ ਕੇ ਦੇਣਾ ਵੀਰ ਜੀ ਬਸ। ਠੀਕ ਠੀਕ, ਹਾਂ ਲਓ ਵੀ ਭਰਾਵੋ, ਕੋਈ ਡੇਢ ਮੰਨ ਲੈ, ਮਹੀਨਾ ਮੰਨ ਲੈ, ਦੋ ਮੰਨ ਲੈ, ਆਪਾਂ ਨੇ ਇਹਦੀ ਸੇਵਾ ਕਰਦੇ ਆ ਬਸ। ਚਿੱਚੜ ਚਿੱਚੜ ਬਥੇਰੇ ਲੱਗੇ, ਟੀਕੇ ਟੂਕੇ ਲਾ ਕੇ ਲਾਤੇ, ਬਸ ਇਹੋ ਕੰਮ ਕਰਦੇ ਆ ਆਪਾਂ ਵੀਰ ਜੀ। ਸੇਵਾ ਕਰਦੇ ਲੈ ਵੀ ਚਾਹੀਦਾ ਵੀਰੇ। ਹਾਂ, ਬਾਕੀ ਆ ਭਰੀ ਪਈ ਸੀ ਪੂਰੀ ਤਾਂ ਤੱਕ, ਬਾਕੀ ਹੁਣ ਨਹੀਂ ਦੇਖਦੇ ਤੇ ਥੋੜੇ ਥੋੜੇ ਰਹਿ ਗਏ ਵੀਰ ਜੀ। ਬੈ ਸਾਈਡ ਚੱਡੇ ਤੇ ਤੁਹਾਨੂੰ ਨਿਸ਼ਾਨ ਹੋਣੇ ਸਾਰੇ ਵਿਖਾ ਦਿੰਦੇ ਆਪਾਂ। ਬਿਲਕੁਲ ਬਿਲਕੁਲ, ਦਿਖਾਈ ਦਿੰਦੇ ਪਏ ਕਿਤੇ ਕਿਤੇ। ਤੇ ਆ ਦੋਸਤੋ ਵੈੜ ਵੀਰ ਨਿਸ਼ਾਨ ਦੇ ਕੋਲ, ਨਿਸ਼ਾਨ ਹੋਊਗੀ ਵੀ ਦੂਜੇ ਕਿ ਸੂਵੇ? ਦੂਜੇ ਵੀਰ ਜੀ, ਪੂਰੇ ਪਿਓਰ ਆ, ਆ ਵੇਖ ਲਓ ਕਿੱਦਾਂ ਨਿਸ਼ਾਨ ਤੇ ਦਿਖਣੀ ਰਿਹਾ। ਬਿਲਕੁਲ, ਸੋ ਮਜ਼ਬੂਤ ਆ ਪੂਰੀ। ਠੀਕ ਆ ਜੀ, ਪੂਰੀ ਤੁਸੀਂ ਵੇਖੋ ਨਿੱਗਰ ਤੇ ਪੂਰੇ ਵੱਡੇ ਕੱਦ ਕਾਠ ਦੇ ਵਿੱਚ ਆ, ਬਲੈਕ ਤੇ ਬਰਾਊਨ ਕੰਬੀਨੇਸ਼ਨ ਆ। ਠੀਕ ਆ ਜੀ, ਦੋ ਰੰਗਾਂ ਦਾ ਤੇ 12 ਕਿਲੋ ਦੀ ਮਾਲਕਣ ਆ, 12 ਕਿਲੋ ਦੁੱਧ ਇਹਦੇ ਥੱਲੇ ਆ ਬਿਨ ਬੱਚੇ ਤੋਂ। ਠੀਕ ਆ ਜੀ, ਮਹੀਨਾ ਡੇਢ ਮੰਨ ਲਓ, ਮਹੀਨਾ ਮੰਨ ਲਓ, ਡੂਢ ਮੰਨ ਲਓ, ਬਾਕੀ ਲੰਬੀ ਲੰਬੀ ਬਥੇਰੀ ਵੀਰ ਜੀ, ਹਾਈਟ ਛੋਟੀ ਨਹੀਂ, ਵੱਡੀ ਹਾਈਟ ਦੀ ਆ ਉਹ, ਵੱਡੀ ਹਾਈਟ ਆ। ਠੀਕ ਆ ਜੀ, ਉਹ ਆਪਾਂ ਤੁਹਾਨੂੰ ਵਿੱਚ ਜਿਹੜਾ ਮੈਂਸ਼ਨ ਕਰ ਦਿੱਤਾ, ਵੱਡੀ ਹਾਈਟ ਆ, ਬੇਲ ਬੂਲ ਚੰਗੀ ਆ, ਥਣ ਪੂਰਾ ਰੁਗ ਰੁਗ ਦਾ ਥਾਣਾ ਕਰਮਾ ਲਈ, ਬਾਕੀ ਟੌਰ ਸਕਿਨੀ ਵਾਲਾ ਪੂਰੀ ਵੀਰ ਜੀ। ਹਾਂ ਲੈ ਵੀ ਟੌਰ ਸਕਿਨੀ ਵਾਲੇ ਪਾਸੇ ਨਿਸ਼ਾਨ ਤੂੰ ਕਿਹੜਾ ਕਰ ਲਓ ਜੀ, ਬੈਠ ਕੇ ਚਵਾਈ ਕਰੋ। ਠੀਕ ਆ, ਤੇ 12 ਕਿਲੋ ਦੁੱਧ ਇਸ ਵੈੜ ਦੇ ਥੱਲੇ ਹਾਜ਼ਰ ਆ, ਬਾਕੀ ਚੋਣ ਚਵਾ ਦੀ ਤੁਸੀਂ ਆ ਸਾਹਮਣੇ ਦੇਖ ਹੀ ਰਹੇ ਜੇ। ਠੀਕ ਹੈ ਜੀ, ਅਗਲੇ ਪਿਛਲੇ ਥਾਂ ਦੀ ਚਵਾਈ ਦੇਖੋ। ਬਾਕੀ ਕੁਛ ਨਹੀਂ ਆਉਂਦੇ, ਜਿੱਦਾਂ ਮਰਜ਼ੀ ਵਿੱਚ ਹੋਈ ਜਾਣ।
ਲਓ ਵੀ ਪੂਰੀ ਠੰਡੀ ਧੀਰੀ ਆ, ਸੀਲਸ ਆਊਗਾ, ਠੀਕ ਹੈ ਜੀ। ਸੋ ਸੀਲਸ ਲੱਗਾ, ਜਿੱਦਾਂ ਮਰਜ਼ੀ ਕੋਈ ਲੇਡੀਜ਼ ਚਵਾਈ ਕਰਦੇ ਨੇ, ਠੀਕ ਹੈ ਜੀ, ਬੱਚਾ ਬੈਠ ਕੇ ਚਵਾਈ ਕਰ ਲਊਗਾ, ਪੂਰੀ ਠੰਡੀ ਧੀਰੀ ਸੀਲਸ ਆਊ। ਇਹ ਨਹੀਂ ਵੀ ਜਦੋਂ ਮਰਜ਼ੀ ਥੱਲੇ ਬਹਿ ਜਾ, ਕੋਈ ਪਰਵਾਹ ਨਹੀਂ ਇਹਨੂੰ। ਹਾਂ ਹਾਂ, ਇੱਕ ਤਾਂ ਉੱਠ ਗਏ ਆਪਾਂ ਬਹਿ ਦੇਣੀ ਹੈ, ਫਿਰ ਬਹਿ ਜਾਈਦਾ ਵੀ। ਅੱਛਾ ਨਿਸ਼ਾਨ ਵੀਰ, ਇਹਦੀ ਕੀ ਡਿਮਾਂਡ ਆ, ਕੀ ਮੁੱਲ ਕਰਦੇ ਆ? ਮੁੱਲ ਵੀਰ ਜੀ 35-36 ਜੋ ਮਰਜ਼ੀ ਕਰੀਏ, 33,000 ਦੀ ਹਾਂ ਨਾ ਦੇ ਦਾਂਗੇ ਵੀਰ ਜੀ। 33,000 ਦੀ? ਹਾਂਜੀ। ਤੋ ਕਰ ਦਈਏ ਲੈਸ ਲੂਸ, ਖੁੱਲੀ ਕਰ ਦਈਏ ਕਿ ਖੁੱਲੀ ਵੀਰ ਜੀ? 1,000 ਹੋਰ ਕਰ ਦਾਂਗੇ ਮਾਨ ਤਾਨ ਵੀਰ ਜੀ। 1,000? ਹਾਂਜੀ, 32,000 ਦੀ ਦੇ ਦਾਂਗੇ ਵੀਰ ਜੀ। 32,000 ਦੀ? ਹਾਂਜੀ। ਤੇ ਆਏਗਾ ਤਾਂ ਫਿਰ ਵੀ ਕੋਈ ਰਸਾ ਛੜਾਈ ਕਰ ਦਿਓ ਖੁੱਲੇ? ਠੀਕ ਆ, ਕੋਈ ਨਹੀਂ ਕਰਦਾ ਵੀਰ ਜੀ, ਮੌਕੇ ਤੇ ਮਾਨ ਤਾਨ ਕਰ ਦਾਂਗੇ। ਠੀਕ ਹੈ ਜੀ। ਹਾਂਜੀ ਲਓ ਦੋਸਤੋ, ਲੈ ਦੇ 32,000 ਤੇ 32,000 ਦੇ ਵਿੱਚ ਬਾਕੀ ਠੰਡੀ ਸੀਲਸ ਲਾ ਗਿਆ ਵੀਰ, ਛੋਟ ਛਾਪਾ ਮੌਕੇ ਤੇ ਮਾਨ ਤਾਨ ਹੋਊਗਾ। ਸੋ 12 ਕਿਲੋ ਦੁੱਧ ਕੋਈ ਵੀਰ ਆਪਣੀ 2 ਟਾਈਮ ਜੋ ਕਿ ਤਸੱਲੀ ਕਰ ਜਾਂ ਮੰਨ ਕੇ ਤੁਰਿਓ, ਫੁੱਲ ਵੱਡਾ ਕਾਦਾ ਜਿੱਦਾਂ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਐਚਐਫ ਬੈੜਾ ਦੇਖਦੇ ਆ, ਹਾਈਟ ਕਾਦ ਕਰਮ ਵਾਲੇ ਨੂੰ ਉਦਾਂ ਦਾ ਲੱਗਾ। ਤੇ ਕੋਈ ਵੀਰ ਬਾਕੀ ਰੰਗ ਪ੍ਰਿੰਟ ਵੀ ਵਧੀਆ ਵੀਰ ਜੀ। ਆ ਦੇਖੋ ਬਹੁਤ ਸੋਹਣੀ, ਚੰਗੀ, ਠੀਕ ਹੈ ਜੀ। ਬਾਕੀ ਥਣ ਥੁਣ ਬਹੁਤ ਜ਼ਿਆਦਾ ਕਾਇਮ, ਮੋਟੇ ਥਣ। ਤੇ ਇੱਧਰ ਦੋਸਤੋ ਇਹ ਨਾਗਨੇ ਆਪਾਂ ਜਿਹੜੇ ਤੁਹਾਨੂੰ ਦਿਖਾਏ, ਅੱਜ 2 ਮੱਝਾਂ ਝੋਟੀਆਂ ਜਿਹੜੀਆਂ ਇਹ ਵਕਾਊਗਾ, 12-12 11-11 ਕਿਲੋ ਦੁੱਧ ਇਹਨਾਂ ਦੋਵਾਂ ਦੇ ਥੱਲੇ ਹਾਜ਼ਰ ਆ। ਬਾਕੀ ਧਾਰਾ ਧੂਰਾ ਮਾਰ ਕੇ ਆ ਵੇਲੋ, ਥਾਣੇ ਵੀ 15 ਹੋ ਗਿਆ ਜੇ ਵੇਲੋ। ਆ ਦੇਖੋ, ਸੋ ਪਸਮਨ ਤੋਂ ਬਾਅਦ ਦੋਸਤੋ ਲੇਵਾ ਤੁਸੀਂ ਇੱਕ ਵਾਰੀ ਦੇਖੋ। ਮੈਂ ਤਾਂ ਠੀਕ ਆ ਜੀ, ਕਈ ਵਾਰ ਹਰ ਇੱਕ ਪਹਿਲੂ ਤੋਂ ਹਰ ਇੱਕ ਪੱਖ ਤੋਂ ਚੀਜ਼ ਵਿਖਾਉਣੀ ਆਪਣਾ ਫਰਜ਼ ਬਣਦਾ। ਇੱਕ ਸਾਰ ਲੇਵਾ ਹੋ ਗਿਆ, ਠੀਕ ਆ ਜੀ। ਆ ਤੁਸੀਂ ਵੇਖੋ, ਵੈਸੇ 22 ਰੱਖਦੀ ਆ, ਪਰ ਧਾਰਾਂ ਦੇ ਵਿੱਚ ਰਤਾ ਭਰ ਵੀ ਜਿਹੜਾ ਫਰਕ ਨਹੀਂ ਹੈਗਾ। ਜਿੱਦਾਂ ਮਰਜ਼ੀ ਮੇਰਾ ਵੀਰ ਤਸੱਲੀ ਕਰੋ ਇੱਥੇ ਆਣ ਕੇ, ਠੀਕ ਆ ਜੀ। ਆਪਾਂ ਵਾਰ ਵਾਰ ਕਹਿੰਦੇ ਹੁੰਦੇ ਆ ਵੀ ਤਸੱਲੀ ਕਰੋ, ਕਿਸੇ ਵੀਰ ਦੇ ਮਨ ਦੇ ਵਿੱਚ ਕੋਈ ਡਾਊਟ ਨਾ ਹੋਵੇ, ਉਹ ਡਾਊਟ ਇੱਥੇ ਆਣ ਕੇ ਕਲੀਅਰ ਕਰੋ, ਠੀਕ ਆ ਜੀ, ਜੋ ਕਿ ਆਪਦੀ ਪਸਮਾ ਕੇ। ਸੋ 11-12 ਕਿਲੋ ਤੇ ਇਸ ਵਕਤ ਇਹ ਮੱਝ ਚੱਲਣ ਡਈ ਆ, ਇਹ ਝੋਟੀ ਪੱਖ ਆ, ਠੀਕ ਆ ਜੀ। ਦੂਜਾ ਸੂਬਾ ਝੋਟੀ ਸੂਈ ਆ। ਲੈ ਵੀ ਨਿਸ਼ਾਨ, ਇਹ 2 ਹੀ ਨਾਗ ਸੀ ਆਪਣੇ ਕੋਲ, ਸੋਰੀ 3 ਹੀ ਨਾਗ ਸੀ। ਹਾਂਜੀ ਵੀਰ ਜੀ, 2 ਮੱਝਾਂ ਤੇ ਇੱਕ ਵੈੜ ਵੀਰ ਜੀ। ਠੀਕ ਆ, ਹਾਂਜੀ, ਤੇ ਚੰਗੇ ਖਰੇ ਆ ਚਵਾਈਆਂ? ਹਾਂਜੀ, ਚਵਾਈ ਖਰੇ ਵੀਰ ਜੀ, 1 ਨੰਬਰ ਆ ਵੀਰ ਜੀ। ਠੀਕ ਹੈ ਭਰਾ, ਹਾਂਜੀ। ਤੇ ਇੱਕ ਨਿਸ਼ਾਨ ਨੰਬਰ ਕਰ ਦਈਏ, ਨੰਬਰ ਵੀਰ ਜੀ ਹੈਗਾ 7876-74-4417, ਪਿੰਡ ਅਗਰ ਸੂਰਪੁਰ ਨਹਿਰਾਂ, ਜ਼ਿਲ੍ਹਾ ਤਰਨਤਾਰਨ, ਤਹਿਸੀਲ ਤਰਨਤਾਰਨ ਵੀਰ ਜੀ। ਬਿਜਲੀ ਘਰ ਦੇ ਲਾਗੇ ਬਹਿ ਕੇ ਆਪਣੀ ਵਿੱਚ ਸੁਗਾ ਟੱਪਦਿਆਂ ਸਰ, ਪਹਿਲੀ ਬਹਿ ਖੱਬੇ ਹੱਥ ਆਪਣੀ, ਬੱਤੀ ਦਾ ਕੱਟ ਲੈਂਦੇ ਆ ਤੇ ਬੱਤੀ ਅੱਜ ਪਤਾ ਨਹੀਂ ਕਿੱਦਾਂ ਚਲ ਗਈ ਹੈ, ਉਦਾਂ ਦੇ ਬੱਤੀ ਜਾਂਦੀ ਨਹੀਂ ਜੀ, ਨੇੜੇ ਨੇੜੇ ਬਾਈ ਕੋਈ ਵੀ ਕਰਦੇ ਤਾਂ ਕੱਟੀਆਂ ਨਹੀਂ ਚਾਹੀਦੀ। ਹਾਂਜੀ ਹਾਂਜੀ ਜੀ, ਪਹਿਲਾ ਚਾਂਸ ਹੀ ਬਣਿਆ ਕਿਤੇ ਬਾਬਾ ਚਿਰ ਬਾਅਦ। ਅੱਛਾ ਅੱਛਾ, ਹਾਂਜੀ, ਨਹੀਂ ਨਹੀਂ ਭਾਈ, ਬੱਤੀ ਤਾਂ ਚਲੋ ਕੱਟਣੀ ਪੈਂਦੀ ਅਗਲੇ, ਨਹੀਂ ਉਦਾਂ ਨਹੀਂ ਕੱਟਦੇ ਵੀਰ ਜੀ, ਭਾਵੇਂ ਜਿੱਦਾਂ ਮਰਜ਼ੀ ਸੀਜ਼ਨ ਹੋਵੇ, ਕਣਕ ਦਾ ਹੋਵੇ, ਝੋਨੇ ਦਾ ਹੋਵੇ, ਕੱਟਦੇ ਨਹੀਂ, ਪਰ ਅੱਜ ਕੱਟਦੀ ਜ਼ਰੂਰ ਹੈ। ਠੀਕ ਹੈ ਜੀ, ਆਪਾਂ ਤਾਂਹੀਓ ਦੱਸਦਾ ਨਾ ਵੀ ਸੁਣਦੇ ਪਏ ਬਿਜਲੀ ਮਹਿਕਮੇ ਵਾਲੇ, ਹਾਂਜੀ, ਤੇ ਨਾਲ ਲੱਗਦਾ ਘਰ ਆ ਤੇ ਇਹਦਾ ਕੱਟੋ ਬਿਜਲੀ ਤੁਸੀਂ। ਠੀਕ ਹੈ ਜੀ, ਲਓ ਵੀ ਭਰਾਵੋ ਇਹ ਨਾਗਨੇ ਅੱਜ ਵੀਰ ਨਿਸ਼ਾਨ ਦੇ ਫਾਰਮ ਤੇ, ਟੋਟਲ 3 ਨਾਗ ਤੁਹਾਨੂੰ ਦਿਖਾਤੇ ਆ, ਪਸ਼ੂ ਪਸੰਦ ਆਏ ਹੋਣਗੇ, ਠੀਕ ਹੈ ਜੀ। ਬਾਕੀ ਚਵਾਈਆਂ ਚੁਪਈਆਂ ਚੰਗੀਆਂ ਨੇ, ਆਪਦੀ ਤਸੱਲੀ ਦੇ ਲਈ ਇੱਥੇ ਆਣ ਕੇ 2 ਡੰਗ ਚੋਗੇ, ਆਪਣੀ ਤਸੱਲੀ ਕਰ ਲਿਓ। ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।